ਇੱਕ ਮੁੰਡੇ ਦੀ ਡੈਥ ਹੋ ਗਈ ਆ, ਉਹ ਹੋਈ ਆ ਡਰਾਈਵਰ ਦੀ ਅਣਗਹਿਲੀ ਦੇ ਕਾਰਨ, ਕਿਉਂਕਿ ਉਹਨੇ ਬੱਸ ਮਾਰ ਕੇ ਉਹਨੇ ਵੇਖਿਆ ਨਹੀਂ ਬੱਚੇ ਦੀ ਹਾਲਤ ਨੂੰ, ਉਹਨੇ ਸਕੂਲ 'ਚੋਂ ਬੱਸ ਜਿਹੜੀ ਆਪਣੀ ਆ ਭਜਾਉਣ ਦੀ ਕੋਸ਼ਿਸ਼ ਕੀਤੀ ਆ। ਨਿੱਜੀ ਸਕੂਲ ਦੀ ਬੱਸ ਨੇ ਦੋ ਵਿਦਿਆਰਥੀਆਂ ਨੂੰ ਦਰੜ ਦਿੱਤਾ। ਮੋਟਰਸਾਈਕਲ ਦੀਆਂ ਤਸਵੀਰਾਂ ਦੱਸਦੀਆਂ ਨੇ ਕਿ ਹਾਦਸਾ ਕਿੰਨਾ ਭਿਆਨਕ ਹੋਵੇਗਾ, ਜਿਸ ਕਾਰਨ ਇੱਕ ਵਿਦਿਆਰਥੀ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਮਰਨ ਵਾਲਾ ਵਿਦਿਆਰਥੀ ਗੁਰਦਾਸਪੁਰ ਦੇ ਪਿੰਡ ਲਖਣ ਕਲਾਂ 'ਚ 12ਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਦੋਵੇਂ ਮੋਟਰਸਾਈਕਲ 'ਤੇ ਸਕੂਲ ਜਾ ਰਹੇ ਸੀ। ਜਰਮ ਸੀ ਅਤੇ ਸਾਡੇ ਸਕੂਲ ਦੇ ਵਿੱਚ ਕੋਈ 9 ਵਜੇ ਐਕਸੀਡੈਂਟ ਕੀਤਾ ਵਾ ਸਕੂਲ ਲੱਖਣਾ ਦੀ ਬੱਸ ਨੇ। ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀਗਾ, ਗੋਲੀਆਂ ਖਾਂਦੇ ਨੇ। ਲੱਖਣ ਕਲਾਂ ਦੋ ਸਕੂਲ ਆ, ਉੱਥੇ ਕਿਹੜਾ ਸਕੂਲ? ਲੱਖਣ ਕਲਾਂ ਭਾਈ ਗੁਰਦਾਸ। ਅੱਛਾ ਜੀ, ਭਾਈ ਗੁਰਦਾਸ ਸਕੂਲ ਆ ਅਤੇ ਇੱਕ ਮੁੰਡੇ ਦੀ ਡੈਥ ਹੋ ਗਈ ਆ, ਉਹ ਹੋਈ ਆ ਡਰਾਈਵਰ ਦੀ ਅਣਗਹਿਲੀ ਦੇ ਕਾਰਨ, ਕਿਉਂਕਿ ਉਹਨੇ ਬੱਸ ਮਾਰ ਕੇ ਉਹਨੇ ਵੇਖਿਆ ਨਹੀਂ ਬੱਚੇ ਦੀ ਹਾਲਤ ਨੂੰ, ਉਹਨੇ ਸਕੂਲ 'ਚੋਂ ਬੱਸ ਜਿਹੜੀ ਆਪਣੀ ਆ ਭਜਾਉਣ ਦੀ ਕੋਸ਼ਿਸ਼ ਕੀਤੀ ਆ। ਜੇ ਉਹ ਪਹਿਲਾਂ ਚੁੱਕਦਾ ਬੱਚੇ ਨੂੰ ਕੱਢ ਲੈਂਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ। ਇਲਜ਼ਾਮ ਹੈ ਕਿ ਟੱਕਰ ਤੋਂ ਬਾਅਦ ਬੱਸ ਡਰਾਈਵਰ ਨੇ ਬੱਸ ਨੂੰ ਭਜਾ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਉਸ 'ਤੇ ਨਸ਼ਾ ਕਰਨ ਦੇ ਇਲਜ਼ਾਮ ਵੀ ਪਰਿਵਾਰ ਵੱਲੋਂ ਲਾਏ ਗਏ। ਜਾਣਕਾਰੀ ਮੁਤਾਬਕ ਟੱਕਰ ਕਾਰਨ ਮੋਟਰਸਾਈਕਲ ਖੇਤਾਂ 'ਚ ਡਿੱਗ ਗਿਆ, ਜਿੱਥੇ ਮਰਨ ਵਾਲਾ ਵਿਦਿਆਰਥੀ ਕਰੀਬ ਅੱਧਾ ਘੰਟਾ ਠੰਡੇ ਪਾਣੀ 'ਚ ਪਿਆ ਰਿਹਾ। ਪਰਿਵਾਰ ਨੇ ਸਕੂਲ 'ਤੇ ਵੀ ਅਣਗਹਿਲੀ ਦੇ ਇਲਜ਼ਾਮ ਲਗਾਏ ਨੇ। ਬੱਚਾ ਅੱਧਾ ਘੰਟਾ ਪਾਣੀ ਵਿੱਚ ਪਿਆ ਰਿਹਾ ਵਾ, ਉਹਦੇ ਕਾਰਨ ਉਹਦੀ ਡੈਥ ਹੋ ਗਈ ਆ, ਅਤੇ ਇਹ ਸਕੂਲ ਦੀ ਅਣਗਹਿਲੀ ਦੇ ਕਾਰਨ ਹੋਈ ਆ। ਇੱਕ ਬੱਚੇ ਦੀ ਗੰਭੀਰ ਹਾਲਤ ਆ, ਉਹਨੂੰ ਲੱਤ ਟੁੱਟੀ ਆ। ਦੋ ਬੱਚੇ ਸੀਗੇ, ਦੋਵੇਂ ਭਰਾ ਸੀਗੇ ਚਾਚੇ ਤਾਇਓ, ਇੱਕ ਦੀ ਡੈਥ ਹੋ ਗਈ ਆ ਅਤੇ ਇੱਕ ਦੀ ਗੰਭੀਰ ਹਾਲਤ ਆ, ਉਹਨੂੰ ਅੰਮ੍ਰਿਤਸਰ ਰੈਫਰ ਕੀਤਾ ਆ। ਅਤੇ ਸਭ ਜੋ ਕੁਛ ਵੀ ਹੋਇਆ ਆ ਇਹ ਸਕੂਲ ਵਾਲੇ ਡਰਾਈਵਰ ਦੀ ਅਣਗਹਿਲੀ ਦੇ ਕਾਰਨ ਹੋਇਆ ਆ, ਨਹੀਂ ਤਾਂ ਦੋਵਾਂ ਬੱਚਿਆਂ ਦੀ ਜਾਨ ਅੱਜ ਬਚ ਸਕਦੀ ਸੀਗੀ। ਮਹਾਰਾਜ, ਅਸੀਂ ਕਾਰਵਾਈ ਚਾਹੁੰਦੇ ਹਾਂ ਕਿ ਇਹਦੇ 'ਤੇ ਕਾਨੂੰਨੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਕਿਉਂਕਿ ਗਾਂ ਕਿਸੇ ਵੀ ਬੱਚੇ ਦੀ ਜਾਨ ਦਾ ਖਤਰਾ ਨਾ ਬਣੇ ਪਿੰਡ ਦੇ ਵਿੱਚ। ਉੱਧਰ ਪਰਿਵਾਰ ਨੇ ਹਸਪਤਾਲ 'ਚ ਹੰਗਾਮਾ ਵੀ ਕੀਤਾ, ਜਿੱਥੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਪਰਿਵਾਰ ਨੂੰ ਸ਼ਾਂਤ ਕਰਵਾਇਆ ਅਤੇ ਡਰਾਈਵਰ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਆਖੀ। ਮੈਂ ਸਬ ਇੰਸਪੈਕਟਰ ਬਿਕਰਮ ਸਿੰਘ ਐਸ ਐਚ ਓ ਡੇਰਾ ਬਾਬਾ ਨਾਨਕ। ਹਾਂਜੀ ਸਰ, ਆ ਜਿਹੜੀ ਵਾਰਦਾਤ ਹੋਈ ਹੈ, ਕੀ ਕੋਈ ਵਾਰਦਾਤ ਨਹੀਂ ਹੋਈ ਐਕਚੁਲੀ? ਇਹ ਨਾ ਭਾਈ ਗੁਰਦਾਸ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਹੈ ਲਖਨ ਕਲਾਂ ਦਾ, ਉਹਦੀ ਬੱਸ ਇੱਥੇ ਆਈ ਸੀਗੀ ਸਵੇਰੇ, ਅਤੇ ਧੁੰਦ ਕਾਰਨ ਇਹ ਬੱਸ ਨਾਲ ਬਾਈਕ ਦੀ ਟੱਕਰ ਹੋਈ ਹੈ, ਜਿਹਦੇ 'ਤੇ ਮੁੰਡਾ ਲਵਪ੍ਰੀਤ ਹੈ। ਹਾਂਜੀ, ਲਵਪ੍ਰੀਤ, ਇਹਦੇ ਵਜਨ ਕਰਕੇ ਅਤੇ ਬੱਚੇ ਦੀ ਡੈਥ ਹੋ ਗਈ ਹੈ। ਦੋ ਜਣੇ ਬਾਈਕ 'ਤੇ ਸੀ ਅਤੇ ਮੈਂ ਉਹ ਬੱਸ ਇਨਵੈਸਟੀਗੇਸ਼ਨ ਕਰ ਰਿਹਾ ਸਾਰਾ, ਬੱਸ ਰਿਕਵਰ ਕਰ ਰਹੇ ਹਾਂ, ਬੱਸ ਦਾ ਡਰਾਈਵਰ ਅਸੀਂ ਕਰਕੇ ਅਤੇ ਕਾਨੂੰਨ ਅਨੁਸਾਰ ਜਿਹੜੀ ਅਗਲੀ ਕਾਰਵਾਈ ਕਰਕੇ ਫਿਰ ਤੁਹਾਨੂੰ ਸਾਰੀ ਇਨਫੋਰਮੇਸ਼ਨ। ਸੜਕਾਂ 'ਤੇ ਦੌੜਦਿਆਂ ਤੇਜ਼ ਰਫ਼ਤਾਰ ਸਕੂਲੀ ਬੱਸਾਂ ਕਦੇ ਖੁਦ ਖੇਤਾਂ 'ਚ ਪਲਟ ਜਾਂਦੀਆਂ ਨੇ ਅਤੇ ਕਦੇ ਕਿਸੇ ਦੂਜੇ ਦਾ ਨੁਕਸਾਨ ਕਰ ਦਿੰਦੀਆਂ ਨੇ। ਹਾਲਾਂਕਿ ਬੱਚਿਆਂ ਨੂੰ ਸਕੂਲ ਆਉਣ ਜਾਣ ਲਈ ਬੱਸਾਂ ਦੀ ਲੋੜ ਵੀ ਬੇਹੱਦ ਹੁੰਦੀ ਹੈ, ਪਰ ਲਾਜ਼ਮੀ ਹੈ ਕਿ ਸਕੂਲ ਪ੍ਰਸ਼ਾਸਨ ਬੱਸ ਡਰਾਈਵਰਾਂ ਵੱਲ ਖਾਸ ਧਿਆਨ ਦੇਵੇ, ਚੈੱਕ ਕੀਤਾ ਜਾਵੇ ਕਿ ਕੋਈ ਡਰਾਈਵਰ ਨਸ਼ਾ ਕਰਕੇ ਗੱਡੀ ਤਾਂ ਨਹੀਂ ਚਲਾ ਰਿਹਾ, ਤਾਂ ਕਿ ਅਜਿਹੇ ਹਾਦਸਿਆਂ ਨੂੰ ਟਾਲਿਆ ਜਾ ਸਕੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ, ਸੈਂਟਰਲ ਪੰਜਾਬ TV।